ਅਸਲਾਮੁਆਲਿਕਮ ਕੀ ਹਾਲ ਚਾਲ ਹੈ ਜੀ ਕਿੱਦਾਂ ਸਭ ਵਧੀਆ ਹਰ ਤਰ੍ਹਾਂ ਖੈਰੀਅਤ ਹੈ ਜੀ ਮੇਰੀਆਂ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਜਿਉਂਦੇ ਵੱਸਦੇ ਰਹੋ ਅੱਲਾਹ ਪਾਕ ਸਾਡੇ ਬਾਬਿਆਂ ਨੂੰ ਸਾਡੇ ਚਾਚਿਆਂ ਨੂੰ ਮਾਮਿਆਂ ਤਾਇਆਂ ਫੁਫੜਾਂ ਨੂੰ ਸਭ ਨੂੰ ਸੇਤ ਤੰਦਰੁਸਤੀ ਦੇਵੇ ਅੱਲਾਹ ਪਾਕ ਸਾਡੀ ਧੀ ਰਾਣੀਆਂ ਦੀ ਖੈਰ ਕਰੇ ਜੀ ਰੱਖ ਰੱਖ ਭੁੱਲੋ ਅ ਰੱਬ ਕਦੀ ਵੀ ਲੋਡ ਦੀ ਥੋੜਨਾ ਦੇਵੇ ਜਿਉਂਦੇ ਵੱਸਦੇ ਰਹੋ ਬਹੁਤ ਬਹੁਤ ਸ਼ੁਕਰੀਆ ਮੇਰਾ ਚੈਨਲ ਸਬਸਕ੍ਰਾਈਬ ਕਰਨ ਦਾ ਜੇ ਹਾਲੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਮੇਰਾ ਚੈਨਲ ਸਬਸਕ੍ਰਾਈਬ ਕਰੋ ਤੇ ਨਾਲ ਜਿਹੜਾ ਘੰਟੀ ਦਾ ਬਟਨ ਹੈ ਉਹਨੂੰ ਜ਼ਰੂਰ ਦਬਾਉਣਾ ਹੈ ਫਿਰ ਤੁਹਾਨੂੰ ਪਤਾ ਲੱਗ ਜੂਗਾ ਕਿ ਰਾਣੇ ਜਾਸ ਦੀ ਕਾਲ ਆ ਗਈ ਹੈ ਤੇ ਕਾਲ ਮਲਾਉਣ ਜਾ ਰਹੇ ਹਾਂ ਜੀ ਛਾਦੇ ਦਰਜੀ ਦੀ ਮਲਾਓ ਜੀ ਕਾਲ ਜੀ ਹੈਲੋ ਹਲੋ ਸਾਦਾ ਭਾਈ ਅਸਲਾਮੁਅਲੈਕਮ ਯਾਰ ਤੇਰੀ ਆਵਾਜ਼ ਬੜੀ ਦੂਰੋਂ ਆਈ ਜਾਂਦੀ ਹੈ ਹਲੋ ਸਾਦਾ ਭਾਈ ਉਹ ਇੱਕ ਮਿੰਟ ਯਾਰ ਉਹ ਸੁਣਨ ਵਾਲੇ ਪਾਸਿਓਂ ਬੋਲੀ ਜਾਂਦਾ ਤੇ ਬੋਲਣ ਵਾਲੇ ਪਾਸਿਓਂ ਸੁਣੀ ਜਾਂਦਾ ਹਾਂ ਹੁਣ ਸਹੀ ਹੋਇਆ ਹਲੋ ਕੌਣ ਸਾਹਿਬ ਰਾਣਾ ਇਆਜ਼ ਬੋਲਦਾ ਰਾਣਾ ਇਆਜ਼ ਉਹ ਉਹ ਹੀ ਉਹ ਹੀ ਆਓ ਜੀ ਆਓ ਬismillah ਆਓ ਆਓ ਮੇਰਾ ਸਿਰ ਖਾਓ ਆਜੋ ਆਜੋ ਅੱਗੇ ਨੈਸ਼ੀ ਪਈ ਆ ਕੋਈ ਨਲਕੀਆਂ ਵਾਲਾ ਛਾਪਰ ਚੋੱਕੇ ਲੈ ਗਿਆ ਮੈਂ ਉਹ ਲੱਭਦਾ ਫਿਰਦਾ ਉਤੋਂ ਨੈਸ਼ ਆ ਗਿਆ ਆਓ 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 ਤੇ ਗੰਦਾਰੀ ਦਾ ਬੇੜਾ ਗਰਗ ਕਰੋ ਆਜੋ ਆਜੋ ਸਵੇਰ ਦਾ ਪਹਿਲਾ ਗਾਹਕ ਆਇਆ ਉਹ ਵੀ ਨੈਸ਼ ਉਹ ਯਾਰ ਤੂੰ ਮੇਰਾ ਪਿੱਛਾ ਨਹੀਂ ਛੱਡ ਸਕਦਾ ਯਾਰ ਰਾਣਾ ਜਾਸ ਸਾਹਿਬ ਵਿਆਹ ਆ ਗਿਆ ਜੀ ਕਿੰਨੂ ਜੀ ਕਿੰਨੂ ਵਿਆਹ ਆ ਗਿਆ ਭਤੀਜੇ ਮੇਰੇ ਦਾ ਵਿਆਹ ਆਇਆ ਜੀ ਅੱਛਾ ਜੀ ਮੈਂ 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 ਕੀ ਖidmat ਕਰ ਸਕਦਾ ਜਨਾਬ ਦੀ ਤੇਰੀਆਂ ਨਲਕੀਆਂ ਦੀ ਖੈਰ ਤੇਰੀ ਵੀ ਖੈਰ ਤੇਰੇ ਬਟਨਾਂ ਦੀ ਖੈਰ ਤੇਰੀ ਵੀ ਖੈਰ ਤੇਰੇ ਬੁਕਰਮ ਦੀ ਖੈਰ ਜਿੰਨਾ ਤੂੰ ਕਹਿ ਤਾ ਖੈਰ ਲੱਗਦੀ ਨਹੀਂ ਮੈਨੂੰ ਤੇਰੀ ਵੀ ਖੈਰ ਹੋ ਬਈਆ ਵਿਆਹ ਆ ਗਿਆ ਭਤੀਜੇ ਦਾ ਚਲੋ ਜੀ ਬismillah ਖੈਰ ਹੋਵੇ ਖੈਰ ਨਾਲ ਵਿਆਹ ਹੋ ਤੇ ਕੱਲ ਮੈਂ ਗਿਆ ਜਨਾਬ ਸ਼ਹਿਰ ਉੱਥੋਂ ਮੈਂ ਨਾ ਜਿਹੜਾ ਇੰਪੋਰਟਡ ਕਪੜਾ ਹੁੰਦਾ ਪਠਾਨਾ ਕੋਲ ਹਾਂ ਠੀਕ ਆ ਉਹ ਲਿਆਂਦਾ ਜਨਾਬ ਵੱਡੇ ਵਰ ਦਾ ਕਪੜਾ ਤੇ ਮੈਂ ਲਿਆਂਦਾ ਕੋਈ 22 23 ਰੰਗਾਂ ਦਾ ਕਪੜਾ 22 23 ਰੰਗਾਂ ਦਾ ਹਾਂਜੀ ਅੱਛਾ ਜੀ ਕਿਸੇ ਦਾ ਕੋਈ 12 ਮੀਟਰ ਕਿਸੇ ਦਾ ਟੋਟਾ ਜਦਾਂ ਦਾ ਲੱਭਾ 16 ਮੀਟਰ 18 ਮੀਟਰ ਪੂਰੀ ਲਾਟ ਹੀ ਲੈਣ ਦੀ ਪੂਰੀ ਲਾਟ ਲੈਣ ਦੀ ਜਨਾਬ ਲੋਡਰ ਰਕਸ਼ਿਤ ਦੋ 3 ਟਨ ਕੇ ਲਿਆਂਦੇ ਆਪਾਂ ਤੇ ਤੁਹਾਡਾ ਵਿਆਹ ਆ ਤਾਂ ਤੂੰ ਵਿਆਹ ਲੈ ਦੇ ਰੰਗਾਈ ਕਰਨੀ ਹੈ ਨਹੀਂ ਨਹੀਂ ਹਾਂ ਤੁਸੀਂ ਛਾਦਾ ਸਾਹਿਬ ਮਸ਼ੀਨ ਚੁੱਕ ਕੇ ਲੈ ਆਉਣੀ ਆ ਆ ਤੁਹਾਡੇ ਨਾਲ ਹਾਂਜੀ ਅੱਛਾ ਫੇਰ ਉਹ ਕੀ ਕਰਨਾ ਜੀ ਇੱਕ ਆਪਣਾ ਤੂੜੀ ਵਾਲਾ ਅੰਦਰ ਆ ਉਹ ਆਪਾਂ ਤੁਹਾਨੂੰ ਖਾਲੀ ਕਰਾ ਦੇਣਾ ਤੂੜੀ ਵਾਲਾ ਅੰਦਰ ਤੂੜੀ ਵਾਲਾ ਤੂੜੀ ਰੱਖੀ ਦੀ ਨਾ ਉਹ ਚ ਡੰਗਰਾਂ ਦੀ ਅੱਛਾ ਜੀ ਮੈਨੂੰ ਕੱਲੀ ਖਾਲੀ ਕਰਾ ਦੇਣਾ ਜੀ ਤੁਸੀਂ ਤੁਸੀਂ ਉੱਥੇ ਲਾਉਣਾ ਅੱਡਾ ਆ ਮਸ਼ੀਨ ਰੱਖਣੀ ਆ ਮਸ਼ੀਨ ਰੱਖਣੀ ਆ ਆਪਣਾ ਦਰਜ਼ੀਆਂ ਵਾਲਾ ਅੱਡਾ ਉੱਥੇ ਲਾਉਣਾ ਅੱਛਾ ਜੀ ਫਟਾ ਤੁਸੀਂ ਆਪਣੀ ਦੁਕਾਨ ਲਈ ਚੁੱਕ ਲਿਆਣਾ ਚੁੱਕ ਲਿਆ ਜੀ ਉਸ ਤੋਂ ਬਾਅਦ ਜਨਾਬ ਆਪਣਾ ਲੇਡੀਜ਼ ਵੀ ਸੀਲੇ ਨੇ ਨਾ ਜੀ ਲੇਡੀਜ਼ ਯਾਰ 12 13 ਸਾਲ ਲੇਡੀਜ਼ ਦਿੱਤਾ ਵਾ ਹੁਣ ਨਾਲ ਜੈਂਟਸ ਸ਼ੁਰੂ ਕੀਤਾ ਹੋਇਆ 2 ਸਾਲ ਹੋ ਗਿਆ ਤੇ ਆਪਾਂ ਲੇਕਿਨ ਜਿਹੜਾ ਵੀ ਆਵੇ ਹਾਂ ਹੀ ਹੁੰਦੀ ਹੈ ਸਾਡੀ ਲੇਡੀਜ਼ ਵੀ ਸੀ ਜਾਣੇ ਅੱਛਾ ਜੀ ਜੈਂਟਸ ਵੀ ਸੀ ਜਾਣੇ ਕੱਪੜਾ ਤੁਹਾਡੇ ਕੋਲ ਪਿਆ ਅੱਛਾ ਜੀ ਨਿੱਕਾ ਨਿਆਣਾ ਆਵੇ ਉਹ ਕਵੇ ਕਿ ਬਾਦਸ਼ਾਹ ਦੇ ਅ ਇਹ ਤੋਂ ਐਦਾ ਐਸ ਰੰਗ ਦਾ ਹਰੇ ਰੰਗ ਦਾ ਮੇਰਾ ਸੂਟ ਸੀ ਦੇ ਮਤਲਬ ਸਾਰੇ ਜੀਆਂ ਨੇ ਮਤਲਬ ਤਾਂ ਕਪੜੇ ਸੁਵਾਉਣੇ ਆ ਉੱਥੇ ਹੀ ਨਾਪ ਲਈ ਜਾਣਾ ਉੱਥੇ ਸੀ ਜਾਣਾ ਉੱਥੇ ਹੀ ਸੀ ਜਾਣਾ ਤੇ ਯਾਰ ਜੇ ਤੂੰ ਦੁਕਾਨ ਤੇ ਘਲਦੇ ਬਹ ਭਰਾਵਾ ਤਾਂ ਮੈਂ ਇੱਥੇ ਬੈਠ ਸੀ ਨਹੀਂ ਏਦਾਂ ਉਹ ਨਾ ਕਿਉਂਕਿ ਇਹ ਦੇਖ ਲਾ ਪਾਛਾ ਦੇ ਕੇ 130 40 ਸੂਟ ਬਣਨੇ ਬੋਲੇ 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 ਪੂਰੀ ਜਾਂਚਦਾ ਹੀ ਮੈਂ ਸੀ ਨੇ ਪੂਰੀ ਜਾਂਚਦਾ ਉਹਦੀ ਵਜ੍ਹਾ ਕਿ 40 45 ਆਪਾਂ ਜੀ ਆ ਘਰ ਦੇ ਘਰ ਦੇ ਜੇ ਤਿੰਨ ਤਿੰਨ ਚਾਰ ਚਾਰ ਵੀ ਸੀਣ ਲੱਗੇ ਤੇ 150 ਸੂਟ ਤੇ ਵਟ ਤੇ ਪਿਆ ਨਾ ਚਲੋ ਠੀਕ ਆ ਫਿਰ ਆਪਾਂ ਇਕੱਠੇ ਹੀ ਕੰਮ ਮਿਲਿਆ ਤੇ ਆਪਾਂ ਫਿਰ ਠੀਕ ਆ ਇਧਰ ਨੂੰ ਕਰ ਦਿੰਨੇ ਤੇ ਇਹ ਦੱਸੋ ਕਿ ਜਿਹੜਾ ਵੱਡਾ ਬੰਦਾ ਆ ਉਹਦੇ ਸੂਟ ਦੇ ਕਿੰਨੇ ਪੈਸੇ ਇੱਥੇ ਨਾਰਮਲੀ ਤੇ ਅੱਜ ਕੱਲ ਚੱਲਦਾ ਪਿਆ ਯਾਰ 800 ਹਜ਼ਾਰ 800 ਹਜ਼ਾਰ ਅੱਛਾ ਠੀਕ ਆ ਤੇ ਆ ਜਿੱਦਾਂ ਤੂੰ ਕਹਿੰਦੇ ਆ ਵੀ ਘਾਰ ਆ ਕਿ ਸੀਨੇ ਆ 100 ਰੁਪਈਆ 100 200 ਵੱਧ ਲੈ ਲਾਂਗੇ ਬਸ ਇਹ ਹੀ ਆ ਤੇ ਜਿਹੜਾ ਬੱਚੇ ਦਾ ਸੂਟ ਆ ਉਹਦਾ 500 ਲੈ ਲਈਦਾ 1000 ਰੁਪਏ ਦਾ ਵੱਡੇ ਦਾ ਸੂਟ ਹੋ ਗਿਆ ਜੀ ਠੀਕ ਹੋ ਗਿਆ ਬੱਚੇ ਦਾ 500 ਰੁਪਏ ਦਾ ਹੋ ਗਿਆ ਜੀ ਇਦਾਂ ਹੀ ਆ ਜੀ 1000 ਰੁਪਏ ਦਾ ਜਨਾਨੀਆਂ ਵਾਲਾ ਹੋ ਗਿਆ ਜੀ 500 ਰੁਪਏ ਹੋ ਗਿਆ ਆਪਣਾ ਬੱਚਿਆਂ ਦਾ ਠੀਕ ਆ ਤੇ ਬਾਕੀ ਜਿਹੜੇ ਜੀ ਨੇ ਆ ਤੇ ਉਹ ਵੀ ਇਸੇ ਹਿਸਾਬ ਨਾਲ ਲਾ ਲਿਓ ਉਹ ਸਾਈਜ਼ ਦੇ ਹਿਸਾਬ ਨਾਲ ਤੁਸੀਂ ਉਹਨਾਂ ਦਾ ਦੇਖ ਲੈਣਾ ਠੀਕ ਆ ਠੀਕ ਹੈ ਨਾ ਜੀ ਇਹ ਕਦੋਂ ਤਾਂ ਸਲਾਈ ਸ਼ੁਰੂ ਕਰਨੀ ਹੈ ਸਲਾਈ ਤੁਸੀਂ ਪਹਿਲੇ ਇਦਾਂ ਕਰੋ ਬੰਦਿਆਂ ਦੇ ਬੁੱਢੀਆਂ ਦੇ ਨਿਆਣਿਆਂ ਦੇ ਬਾਅਦ ਤੁਸੀਂ ਹੋ ਠੀਕ ਆ ਪਹਿਲੇ ਜਿਹੜੇ ਬਾਕੀ ਜੀ ਨੇ ਸਾਡੇ ਘਰ ਚ ਪਹਿਲੇ ਉਹਨਾਂ ਦੇ ਸਭ ਤੋਂ ਪਹਿਲੇ ਤੁਸੀਂ ਇਦਾਂ ਕਰਨਾ ਜੀ ਹਾਂ ਕੀ ਹੋਇਆ ਕੀ ਹੋਇਆ ਉਹ ਮੈਂ ਬਹੁਤ ਮੰਗੇ ਨਹੀਂ ਯਾਰ ਇਹ ਕਿਸੇ ਦੇ ਨਹੀਂ ਯਾਰ ਉਹ ਖੁਸ਼ੀਆਂ ਦੇ ਵੇਲੇ ਉਹਨਾਂ ਨੂੰ ਫਿਰ ਦਾਦਾ ਜੀ ਯਾਦ ਆਏ ਯਾਰ ਉਹ ਹਜਾਤ ਨਹੀਂ ਦਾਦਾ ਜੀ ਨਹੀਂ ਉਹ ਚੱਲ ਨਰਮ ਮਾਰ ਯਾਰ ਬਸ ਇਦਾਂ ਹੁੰਦਾ ਹੀ ਆ ਸਿਆਣਾ ਬੰਦਾ ਫਿਰ ਸਿਰ ਤੇ ਨਾ ਹੋਵੇ ਉਹਦੀ ਯਾਦ ਤੇ ਆ ਜਾਂਦੀ ਹੈ ਚੁੱਪ ਕਰ ਮੇਰਾ ਭਰਾ ਚੁੱਪ ਕਰ ਉਹ ਨਾ ਗਾਰ ਯਾਰ ਫਿਰ ਵੇਦਾ ਮੇਰਾ ਵੀ ਦਿਲ ਖਰਾਬ ਹੁੰਦਾ ਯਾਰ ਮੇਰਾ ਆਪਣਾ ਦਾਦਾ ਮੈਨਾਂ ਬੜਾ ਪਿਆਰ ਕਰਦਾ ਸੀ ਯਾਰ ਹਾਏ 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 ਇਹ ਉਹ ਵੇਲੇ ਹੁੰਦੇ ਛਾਦੇ ਇਹ ਹੀ ਬਿਲਕੁਲ ਇਹ ਹੀ ਜਿੱਲੇ ਬੰਦਾ ਇੱਕ ਚਲੇ ਜਾਂਦਾ ਨਾ ਹਾਂ ਬੰਦਾ ਉਹਦੀਆਂ ਨਿਸ਼ਾਨੀਆਂ ਦੇਖਦੇ ਕਿ ਆਪਣੇ ਆਪ ਨੂੰ ਠੰਡ ਪਾਉਂਦਾ ਹਾਏ ਨਿਸ਼ਾਨੀਆਂ ਹੀ ਆ ਭਰਾਵਾ ਸਿਆਣਾ ਬੰਦਾ ਸਿਰ ਤੇ ਚਲਾ ਜਾਵੇ ਸਿਰ ਤੋਂ ਜਿਹਦੇ ਨਾਲ ਪਿਆਰ ਇੰਨਾ ਹੋਵੇ ਤੇ ਉਹ ਫਿਰ ਖੁਸ਼ੀ ਦੇ ਵੇਲੇ ਤੇ ਫਿਰ ਬੰਦਾ ਉਹਨੂੰ ਯਾਦ ਕਰਕੇ ਬਸ ਸਾਡੇ ਕੋਲ ਨਾ ਦਾਦਾ ਜੀ ਦੀ ਇੱਕੋ ਨਿਸ਼ਾਨੀ ਆ ਉਹਨਾਂ ਦਾ ਖੋਤਾ ਇੱਕ ਹਾਂਜੀ ਇਨ ਮੈਂ ਔਲਾਦ ਦੀ ਗੱਲ ਕਰ ਰਿਹਾ ਜੀ ਇਨ ਪਿਆਰ ਸੀ ਖੋਤੇ ਦਾ ਇਹ ਇਨਾ ਕ ਸੀ ਖੋਤਾ ਜਦੋਂ ਦਾ ਉਹਨਾਂ ਨੇ ਨਾ ਪਾਲਣਾ ਸ਼ੁਰੂ ਕੀਤਾ ਦਾਦਾ ਜੀ ਨੇ ਇਨਾ ਕ ਜਿੰਨੇ ਇੱਕ ਮਾਚਸ ਦੀ ਡੱਬੀ ਨਹੀਂ ਹੁੰਦੀ ਜੀ ਇਨਾ ਕ ਸੀ ਖੋਤਾ ਨਿੱਕਾ ਹੁੰਦਾ ਖੋਤਾ ਉਹ ਯਾ ਤੂੰ ਤੂੰ ਗੱਲ ਕਰ ਤੂੰ ਕਦੀ ਛੋਟਾ ਖੋਤਾ ਤੂੰ ਦੇਖਿਆ ਨਹੀਂ ਮੈਨੂੰ ਲੱਗਦਾ ਤੂੰ ਐਵੇਂ ਹੀ ਉਹਦੀ ਉਹਦੀ ਟ੍ਰਾਂਸਮਿਸ਼ਨ ਦੇ ਵਿੱਚ ਗਲਤੀ ਕਰੀ ਜਾਂਦੇ ਆ ਯਾਰ ਦਾਦਾ ਜੀ ਨੇ ਜਿਹੜਾ ਖੋਤਾ ਕਿਦਾਂ ਹੋ ਸਕਦਾ ਯਾਰ ਨਿਕਾ ਹੁੰਦਾ ਖੋਤਾ ਦਾਦਾ ਜੀ ਨੇ ਕਦੀ ਮੋਢੇ ਤੇ ਬਿਠਾਇਆ ਹੋਣਾ ਯਾਰ ਨਿਕਾ ਜਾਂ ਖੋਤਾ ਤਾਂ ਠੀਕ ਆ ਵਾ ਮਾਚਸ ਦੀ ਡੱਬੀ ਜਿੰਨਾ ਖੋਤਾ ਕੀ ਹੋਇਆ ਟਰੱਕ ਥੱਲੇ ਆਇਆ ਸੀ ਨਿਕਾ ਹੁੰਦਾ ਹੀ ਐਡਾ ਛੋਟਾ ਖੋਤਾ ਯਾਰ ਕਿਦਾਂ ਹੋ ਗਿਆ ਵੇ ਕਿ ਮਸ਼ੀਨ 'ਚ ਪ੍ਰੈਸ ਕਰਾਇਆ ਖੋਤਾ ਫਿਰ ਉਹੀ ਬਕਵਾਸ ਕਰੀ ਜਨਾ ਯਾਰ ਤੂੰ ਐ ਛੋਟਾ ਜਾਂ ਖੋਤਾ ਐਡਾ ਛੋਟਾ ਖੋਤਾ ਦਾਦਾ ਜੀ ਨੇ ਜਿੱਲੇ ਖੋਤੇ ਨੇ ਕਹਿਣਾ ਦਾਦਾ ਜੀ ਮੈਂ ਚੀਜੀ ਖਾਣੀ ਐ ਤੇ ਉਹਨਾਂ ਨੇ ਉਂਗਲ ਨਾਲ ਲਾ ਲੈਣਾ ਖੋਤ ਕੋਨ ਲਾ 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 ਹਾਂ ਉਂਗਲ ਕੋਤੇ ਨੂੰ ਫੜਾ ਦੇਣੀ ਖੁੱਤਨ ਨੇ ਉਂਗਲ ਫੜੀ ਰੱਖਣੀ ਖੋਤਾ ਇਹ ਖੋਤਾ ਉਂਗਲਾਂ ਲਾ ਲੈਣਾ ਇਹ ਕੋ ਖੋਤਾ ਸੀ ਕਿ ਮੱਖਣ ਸੀ ਯਾਰ ਕਿਤਾ ਦੀ ਗੱਲਾਂ ਕਰ ਰਹੇ ਆ ਯਾਰ ਗੱਲਾਂ ਸਾਰੀਆਂ ਉਹ ਦੱਸਣਿਆ ਜਿਵੇਂ ਛੋਟੇ ਪੁੱਤਰ ਨੂੰ ਪਾਲੀਦਾ ਕੋ ਖੋਤਾ ਪਾਇਆ ਪੁੱਤਰਾਂ ਤਰ੍ਹਾਂ ਪਾਲਿਆ ਪੁੱਤਰਾਂ ਤਰ੍ਹਾਂ ਖੋਤੇ ਨੂੰ ਓਏ ਚਲੋ ਜੀ ਖੋਤਾ ਤੁਹਾਡਾ ਠੀਕ ਆ ਉਹਦਾ ਪਿਆਰ ਸੀ ਮੈਨੂੰ ਦੱਸੋ ਮੈਂ ਸੂਟ ਕਿਹੜੇ ਕਿਹੜੇ ਨਿਆਣੇ ਦਾ ਬੱਚੇ ਦਾ ਸਿਆਣੇ ਦਾ ਜਿਹੜੇ ਰੰਗ ਦਾ ਕਹੇਗਾ ਖੋਤਾ ਉਹਦਾ ਸੀ ਦੇਣਾ ਕਿਹਦਾ ਕੋਤੇ ਦਾ ਕੋਤੇ ਦਾ ਵੀ ਸੂਟ ਸੁਣਾ ਹਾਂਜੀ ਹਾਂਜੀ ਖੋਤੇ ਦਾ ਸੀਣਾ ਕਿਨੇ ਤੁਸੀਂ ਤੇ ਮੈਂ ਜਿੱਲੇ ਤੁਹਾਨੂੰ ਪਹਿਲੀ ਵਾਰੀ ਵੇਖਿਆ ਸੀ ਨਾ ਮੈਨੂੰ ਤੁਹਾਡੇ ਚੋਂ ਮੈਨੂੰ ਦਾਦਾ ਨਜ਼ਰ ਆਉਂਦਾ ਸੀ ਮੇਰੇ ਜੋ ਇਹ ਦੇਖ ਲਈਓ ਤੁਸੀਂ ਮੇਰੇ ਚੋਂ ਤੈਨੂੰ ਦਾਦਾ ਨਜ਼ਰ ਆਉਂਦਾ ਸੀ ਹਾਂਜੀ ਮੇਰੇ ਵਿੱਚੋਂ ਹਾਂ ਕਿਉਂ ਬਕਵਾਸ ਕਰੁੰਨੇ ਆ ਯਾਰ ਮੇਰੀ ਟੋਟਲ 42 45 ਸਾਲ ਉਮਰ ਆ ਤੇ ਉਹ ਮੇਰੇ ਵਿੱਚੋਂ ਦਵਾਤ ਵਾਤ ਭਾਈ ਨਜ਼ਰ ਆ ਸਕਦਾ ਦਾਦਾ ਦਾ ਨਜ਼ਰ ਆਉਂਦਾ ਹੀ ਨਹੀਂ ਯਾਰ ਇਹ ਦੇਖਿਓ ਜਿੱਲੇ ਤੁਸੀਂ ਸਾਡੇ ਘਰ ਵੱਡਣਾ ਹੈ ਨਾ ਹਾਂ ਖੋਤੇ ਨੇ ਕਿਤੇ ਤੁਹਾਨੂੰ ਜੱਫੀ ਪਾ ਕੇ ਤੁਹਾਨੂੰ ਕਿਤੇ ਚੱਟਣਾ ਉਹਨੇ ਓਏ ਓਏ ਓਹੋ ਓਹੋ ਖੋਤੇ ਨੇ ਮੈਨੂੰ ਜੱਫੀ ਪਾ ਕੇ ਕਿਉਂ ਚੱਟਣਾ ਓਏ ਮੈਂ ਉਹਦੀ ਰੇੜੀ ਆ ਮੈਨੂੰ ਜੱਫੀ ਪਾ ਕੇ ਕਿਉਂ ਨਾ ਚੱਟਣਾ ਮੈਂ ਪੱਠੇ ਆ ਹਾਂ ਖੋਤੇ ਦਾ ਪੁੱਤ ਆ ਯਾਰ ਫਿਰ ਤੂੰ ਬਕਵਾਸ ਕਰੀ ਜਾਂਦੇ ਏ ਆਰਡਰ ਦੇਣਾ ਸਹੀ ਦੇਣ ਖੋਤੇ ਨੇ ਮੈਨੂੰ ਚੱਟਣਾ ਮੈਨੂੰ ਕੋ ਚੱਟਣਾ ਮੈਂ ਲੂਣ ਖੋਤੇ ਨੇ ਮੈਨੂੰ ਚੱਟਣਾ ਐਡਾ ਮੈਂ ਲੂਸਣ ਦਾਦਾ ਜੀ ਨੇ ਚੁੰਮੀਆਂ ਲੈਣੀਆਂ ਕਿਹਦੀਆਂ ਖੋਤੇ ਦੀਆਂ ਪਿਆਰ ਖੋਤੇ ਦੀਆਂ ਚੁੰਮੀਆਂ ਲੈਣੀਆਂ ਦਾਦਾ ਜੀ ਨੇ ਤੁਸੀਂ ਵੀ ਆਉਂਦੇ ਹੀ ਨਾ ਅੱਛਾ ਪਹਿਲੇ ਚੁੰਮੀਆਂ ਲੈ ਲੈ ਕੇ ਨਾ ਖੋਤੇ ਦੀਆਂ ਹਾਏ 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 ਇਹ ਤੂੰ ਇਦਾਂ ਕਰ ਹੈਲੋ ਆ ਮੇਰੇ ਲਾਗੋ ਨਾ ਸਲੀਨਾ ਜੱਟ ਲਈ ਪਰੇ ਕਰ ਲਾ ਤਾਂ ਮੈਨੂੰ ਸੂਟ ਦੇ ਸੀਨ ਵਾਸਤੇ ਜਦੀ ਆਉਂਦੇ ਮੈਂ ਚੁੰਮੀਆਂ ਲੈਣੀਆਂ ਪਤਾ ਨਹੀਂ ਨਾਲੇ ਦਾਦਾ ਜੀ ਖੋਤੇ ਦੀਆਂ ਚੁੰਮੀਆਂ ਲੈਂਦਾ ਸੀ ਹਾਂਜੀ ਇਹ ਫਿਰ ਪਤਾ ਕਰਾ ਮੈਨੂੰ ਕਨਫਰਮ ਆ ਕਿਸੇ ਬਿਮਾਰੀ ਨਾਲ ਨਹੀਂ ਮਰੇ ਹੋਇਆ ਚੁੰਮੀਆਂ ਦੀ ਵਜ੍ਹਾ ਤੋਂ ਮਰੇ ਉਹਨੂੰ ਚੁੰਮੀਆਂ ਲੇਜ਼ਾ ਹੋ ਗਿਆ ਹੋਣਾ ਉਹਨਾਂ ਨੂੰ ਉਹ ਤੇਰਾ ਦਿਮਾਗ ਠੀਕ ਆ ਮੇਰੇ ਖੋਤ ਲਾ ਕੀ ਤਲਖਾ ਮੈਂ ਖੋਤੇ ਦਾ ਸੂਟ ਕਿਉਂ ਸੀਣਾ ਖੋਤਾ ਵੀ ਕੀ ਆ ਲਾੜਾ ਬਸ ਇਹ ਕੋਲ ਬੈਠਾ ਰਿਆ ਕਰੂ ਤੁਹਾਡੇ ਕੌਣ ਖੋਤਾ ਬਸ ਠੀਕ ਆ ਮੈਂ ਜਦੋਂ ਸਲਾਈ ਲਾਉਣ ਲੱਗਾ ਤੇ ਉਹਨੇ ਆਪਣੀ ਦਿਲੱਤੀ ਮਾਰ ਕੇ ਸਲਾਈ ਦੇ ਲਗਰੇ ਵੱਖੀ ਤੋਂ ਜੇਬੀ ਮਿਲਵਾ ਦਵੇ ਮੈਂ ਸਾਰੀ ਦਿਹਾੜੀ ਸਲਾਈਆਂ ਦੇੜਨ ਤੇ ਸਿੱਧੀਆਂ ਕਰਨ ਤੇ ਲਗਵਾ ਖੋਤਾ ਖੋਤਾ ਲਾ ਕੇ ਬੋਣਾ ਮੇਰੇ ਹਾਂਜੀ ਹਾਂਜੀ ਇਹ ਕੀ ਗੱਲ ਏ ਕੋਈ ਖੋਤਾ ਵਾ ਕੀ ਸਤਰੀ ਏ ਜਿਹੜੀ ਮੈਂ ਲਾ ਕੇ ਰੱਖਣੀ ਕੋ ਘੜੀ ਮੁੜੀ ਮੈਂ ਸਿੱਧਾ ਕਰਕੇ ਬੁਕਰ ਮਲਾਉਣਾ ਕਦੇ ਕੁਛ ਲਾਉਣਾ ਲੈ ਖੋਤਾ ਲਾ ਕੇ ਸ਼ਾਗਿਰਦਾ ਮੇਰਾ ਦਿਮਾਗ ਦਾ ਲਾਜ ਕਰਾ ਯਾਰ ਕੰਮ ਦੇਣਾ ਸਿੱਧੂ ਤੁਰ ਦੱਸ ਆ ਖੋਤਾ ਲਾ ਕੇ ਬੋਣਾ ਉਹਦੀ ਕ وجہ ਤਿਆਨ ਖੜਾ ਉਹਨੇ ਮੇਰਾ ਖੋਤਾ ਲਾ ਕੇ ਬਿਠਾਉਣਾ ਉਹਦੇ ਮੈਂ ਪੁੱਛ ਪੁੱਛਣਾ ਵੀ ਇੱਥੇ ਬਟਨ ਕਿਹੜਾ ਸੋਨਾ ਦਾ ਸਲਾਮ ਬਸ ਇਹ ਕਿ ਯਾਦ ਨਾ ਆਵੇ ਉਹਨੂੰ ਦਾਦੇ ਦੀ ਕਿਨੂੰ ਕੋ ਤੇਰੋ ਓਏ ਮੇਰੇ ਉਹਦੇ ਅਸਵਾਜੀ ਤਲੁਕਾ ਆ ਤੁਹਾਡੇ ਖੋਤੇ ਨਾ ਬਖੋਤਾ ਇਹ ਜਾਨਵਰ ਆ ਉਹ ਮੈਨੂੰ ਕੀ ਪਤਾ ਕੀ ਸੋਚਣਦੇ ਆ ਬੈਠਾ ਮੈਂ ਉਹਨੂੰ ਘੜੀ-ਮੁੜੀ ਕਈ ਜਵਾਬ ਨਾ ਰੋ ਨਾ ਰੋ ਉਹ ਦਿਲ ਕਰੇ ਕੋਈ ਇਹ ਸੋਚਦਾ ਹੋਵੇ ਵੀ ਇਹਦੇ ਮਤਲਬ ਤਲੀ ਘੜੀ ਸ਼ਾਇਦ ਮਾਰਾਂ ਮੈਂ ਖੋਤਾ ਖੋਤਾ ਦਿਮਾਗ ਆ ਤੇਰਾ ਯਾਰ ਮੈਂ ਦਰਜ਼ੀ ਆ ਤੂੰ ਮੈਨੂੰ ਦਰਜ਼ੀ ਵਾਲਾ ਕੰਮ ਦੱਸ ਕੰਮ ਮੈਨੂੰ ਉਹ ਤੂੰ ਅਗ ਖੋਤਾ ਬਠਾਈਏ ਨਾ ਮੇਰੇ ਕੋਲ ਮਗਜ਼ੀ ਵਾਲਾ ਕੁਰਤਾ ਸੀ ਨਾ ਇਹਦਾ ਕਿਹਦਾ ਖੋਤੇ ਦਾ ਓਏ ਓਏ ਉਹ ਡੋਂਗਾ ਦੀ ਮੋਠਾ ਤਰਜ਼ੀ ਵਾਲਾ ਕੋ ਆਪਣਾ ਮਗਜ਼ੀ ਵਾਲਾ কুর্তা ਸੀ ਨਾ ਖੋਤੇ ਦਾ ਹਾਂਜੀ ਉਹਨੂੰ ਪਸੰਦ ਨਾ ਆਵੇ ਉਹ ਦਲਤੀ ਮਾਰ ਕੇ ਮੇਰਾ ਮਗਜ਼ੀ ਕੱਢ ਦਵੇ ਬਾਹਰ ਟਾਈਟ ਜੀ ਫਿਟਿੰਗ ਰੱਖ ਲਈਓ ਕੋਤਾ ਹਾਂ ਕੋਤੇ ਦੀ ਹਾਂਜੀ ਇਹ ਜੁਨੇਦ ਦਾ ਖੋਤੇ ਦਾ ਨਾ ਉਹ ਖੋਤੇ ਦੇ ਕਰ ਨਾਲਿਆ ਟਾਈਟ ਜੀ ਕਮੀਜ਼ ਕੀ ਗੱਲ ਖੋਤੇ ਨੂੰ ਕਸਰੇ ਕੋਈ ਖੂਹਾਂ ਤੇ ਨੱਚਦਾ ਖੋਤਾ ਉਹ ਟਾਈਟ ਜੀ ਕਮੀਜ਼ ਰੱਖਦੇ ਨਹੀਂ ਉਹਦੀ ਕਰ ਵਜਾ ਵੀ ਐਕਸਰਸਾਈਜ਼ ਕੀਤੀ ਡੰਡ ਬਣਾਇਆ ਖੋਤੇਨ ਜਾਂ ਸਿਕਸ ਪੈਕ ਆ ਉਹਦੇ ਦਿਹਾਉਣੇ ਆਪਾਂ ਡਬਲ ਪਾਕਟ ਨਾ ਕਮੀਜ਼ ਸੀ ਲਈਏ ਨਹੀਂ 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 ਡਬਲ ਪਾਕਟ ਨਹੀਂ ਖੋਤੇ ਦੀਆਂ ਡਬਲ ਪਾਕਟ ਨਹੀਂ ਚਲਣੀਆਂ ਖੋਤੇ ਦੀਆਂ ਚਲਣੀਆਂ ਨੇ ਫੋਰ ਪਾਕਟ ਇੱਕ ਖੱਬੇ ਕੰਨ ਤੇ ਪਾਕਟ ਇੱਕ ਸੱਜੇ ਕੰਨ ਤੇ ਪਾਕਟ ਇੱਕ ਮੂੰਹ ਦੇ ਉੱਤੇ ਪਾਕਟ ਤੇ ਸਭ ਤੋਂ ਵੱਡੀ ਪਾਕਟ ਜਿਹੜੀ ਉਹਦੀ ਪੂਛ ਦੇ ਥੱਲੇ ਹੋਣੀ ਕਿਉਂਕਿ ਉਹ ਪਾਕਟ ਭਰੀ ਰਹਿਣੀ ਉਹਦੀ 24 ਘੰਟੇ ਉਹਦੇ ਚੋਂ ਇੱਦਾਂ ਕਰੀ ਕਿਸੇ ਖੋਤੇ ਦੇ ਆ ਪੁੱਤਰਾ ਉਸ ਪਾਕਟ ਤੋਂ ਜੇ ਤੂੰ ਬਰਾਤ ਲੈ ਕੇ ਜਾਓਗੇ ਨਾ ਉਸ ਪਾਕਟ ਜੋ ਭਾਨ ਕੱਟ ਕੇ ਨਾ ਤੇ ਉਹ ਜਾਂ ਜੁੱਤੇ ਸਿੱਟੀ ਤੈਨੂੰ ਭਾਨ ਲੱਭੂਗੀ ਖੋਤੇ ਦੀ ਪਾਕਟ ਓਏ ਓ ਕਿਸੇ ਬੂਸ ਨੌਕਰ ਦੀ ਪਾਕਟ ਉਹ ਸੈਂਟਰ ਵਾਲੀ ਪਾਕਟ ਆਪਣੇ ਦਿਮਾਗ ਦਾ ਲਾਇਕ ਰਾ ਦੇਖਿਓ ਤੁਹਾਡਾ ਪਿਆਰ ਬਣਦਾ ਉਹ ਦਿਨ ਕਿਦਾਂ ਖੋਤੇ ਓਏ ਹਾਏ 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 ਕਿੰਨਾ ਪਿਆਰ ਬੰਦਾ ਕਿੱਡੀ ਦੇਂਦਿਆ ਮੈਨੂੰ ਕਿੰਨਾ ਪਿਆਰ ਬੰਨਾ ਮੇਰਾ ਕੱਲ ਹੀ ਪਿਆਰ ਬਣਾਇ ਮੈਂ ਮੈਂ ਉਹਦੀ ਉਹ ਮੈਨੂੰ ਦੱਸ ਕੋਈ ਮੇਰੇ ਨਾਲ ਵਿਛੜਿਆ ਭਰਾ ਮੇਰਾ ਇੱਕ ਸ਼ਲਵਾਰ ਨੂੰ ਉਹਦੀ ਜੇਬ ਲਾ ਦੀਓ ਕਿਹਦੇ ਕੋਤਾ ਦੀ ਸ਼ਲਵਾਰ ਨੂੰ ਜੇਬ ਲਾਉਣੀ ਤੂੰ ਇਹ ਇਹ ਪੁੱਛ ਕੋਤਾ ਦੀ ਸ਼ਲਵਾਰ ਨੂੰ ਛੱਡ ਤੂੰ ਇਹ ਪੁੱਛ ਕੇ ਉਹਨੇ ਦਲਤੀ ਮਾਰ ਕੇ ਜਿਹੜੀ ਤੇਰੀ ਸ਼ਲਵਾਰ ਵਾਲੀ ਜੇਬ ਪਾੜਨੀ ਆ ਉਹਦਾ ਕੀ ਕਰਨਾ ਸਾਈਡ ਤੇ ਜੇਬਾਂ ਦੋਨਾਂ ਸਾਈਡਾਂ ਤੇ ਦਈਏ ਕਿ ਇੱਕ ਤੇ ਨਹੀਂ 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 ਇੱਕ ਸਾਈਡ ਤੇ ਉਹਨੇ ਜੇਬ ਲਾਉਣੀ ਆ ਮੇਰੇ ਉਹ ਐ ਕਰਕੇ ਜੇਬ ਛੱਪ ਜਾਣੀ ਮੇਰੇ ਲੋਕਾਂ ਨੇ ਫਿਰ ਉੱਤੇ ਸੋਨੇ ਪੈਸੇ ਪਾਜਿਆ ਕਰਨੇ ਕਿਉਂਕਿ ਮੈਂ ਅਦੇ ਹਿਲੰਜੋਗਾ ਹੋਣਾ ਹੀ ਨਹੀਂ ਆਪੀ ਉਹਨੇ ਕਿਸਨ 10 ਰੁਪਏ ਪਾ ਕੇ 5 ਰੁਪਏ ਪਾ ਸੈਡਲੀ ਪੂਰੀ ਜੇਬ ਬਣਾ ਦੇਣੀ ਉਹਨੇ ਮੇਰੇ ਓਏ ਖੋਤੇ ਦੀ ਖੁਰੀ ਦਾ ਤੈਨੂੰ ਪਤਾ ਹੈਗਾ ਦਾਦਾ ਯਾਰ ਕੋਈ ਹਾ ਹਾਲੀਆ ਗੱਲਾਂ ਕਰੀ ਆ ਹਾਏ ਹਾਏ ਹੈ ਅਸੀਂ ਨਾ ਅਸਲ ਚ ਜਿੱਦ ਟੁਕਣਾ ਹੈ ਨਾ ਟੁਕਣਾ ਫੇਰ ਉਧਰ ਅਸੀਂ ਉਧਰ ਅਸੀਂ ਦੱਸਣਾ ਵੀ ਹੈ ਕਿ ਸਾਰੀ ਜੰਝ ਦੇ ਕੱਪੜੇ ਕਿੰਨੇ ਸੀਤੇ ਕਿਸ ਨੂੰ ਕਿੰਨੇ ਦੱਸਣਾ ਮੈਂ ਦੱਸਣਾ ਹੈ ਨਾ ਮੈਂ ਤੇਰੇ ਹੋ ਜੇ ਥੱਪੜ ਮਾਰਦੇ ਨਾ ਤੂੰ ਮੇਰੀ ਇਹੋ ਜੀ ਬਰੋਬੀ ਕਰਨਿਆ ਓਏ ਮੈਂ ਸੀਣਾ ਹੀ ਨਹੀਂ ਜੰਝ ਨਾਲ ਤੁਸੀਂ ਜ਼ਰੂਰ ਜਾਣਾ ਹੈ ਹਾਂ ਜੰਝ ਨਾਲ ਮੈਂ ਜੰਝ ਨਾਲ ਜ਼ਰੂਰ ਜਾਣਾ ਹਾਂਜੀ ਤੁਹਾਨੂੰ ਦਾਵਤ ਹੈ ਸਾਡੇ ਵੱਲੋਂ ਜੰਝ ਨਾਲ ਹਾਂਜੀ ਮੈਂ ਜਾਣਾ ਹਾਂਜੀ ਤੇ ਉਹ ਮੇਰੇ ਜਾਣ ਲੱਗੀ ਹੋਣਾ ਜੀ ਸਵਾਰੀ ਤੁਹਾਡੇ ਕੋ ਆਪਣੀ ਤੁਹਾਡਾ ਯਾਰ ਕੋਤਾ ਹਾਂ ਹਾਂ ਕੋਤਾ ਸਾਰੀ ਜੰਝ ਟੋਟਾ ਕਰੋਲਾ ਚ ਤੇ ਮੈਂ ਖੋਤਾ ਕਰੋਲਾ ਚ ਵਾ 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 ਦੂਰੋਂ ਇੱਕ ਪਾਸੇ ਪਤਾ ਲੱਗੇ ਉਹ ਅਗਲਾ ਕੁੜੀ ਵਾਲੇ ਸਾਹਬ ਹੀ ਲਾਈ ਜਾਣਗੇ ਸੱਜੇ ਪਾਸੇ ਤੋਂ ਮੁੰਡਾ ਬਰਾਤ ਲੈ ਕੇ ਆ ਰਿਹਾ ਆ ਨਾਲ ਮੰਗਤਾ ਕੀ ਕਰਨ ਦੇ ਆ ਨਹੀਂ ਮੈਂ ਖੋਤੇ ਤੇ ਬਹਿ ਕੇ ਕਿਉਂ ਜਾਣਾ ਮੈਂ ਤੁਸੀਂ ਬਰਾਤ ਦੇ ਵਿੱਚ ਰੋਟੀ ਖਾਣੀ ਆ ਤੇ ਮੈਂ ਉੱਥੇ ਕੀ ਭੋਰਾ ਕਟਣ ਚੱਲਾਂ ਮੈਂ ਖੋਤੇ ਤੇ ਬਹਿ ਕੇ ਕਿਉਂ ਜਾਵਾਂ ਓਏ ਰੇਗਿਸਤਾਨ ਅਗੇ ਖੋਤੇ ਤੇ ਬਹਿ ਕੇ ਤੂੰ ਜਾਣਾ ਮੈਂ ਨਾ ਉੱਥੇ ਅਗਲਾ ਮੈਨੂੰ ਉਹ ਕਹਣਾ ਮੈਂ ਭਾਜੀ ਆ ਜਾਓ ਸਾਰੀ ਬਰਾਤ ਰੋਟੀ ਅਗੇ ਮੈਨੂੰ ਖੁਰਲੀ ਅਗੇ ਉਹ ਖੋਤੇ ਤੇ ਆ ਕੰਨਾ ਉਹ ਖੋਤਾ ਉਹ ਖੋਤਾ ਕਰੋਲਾ ਕੋ ਬਾਦ ਆ ਜਾ ਓਏ ਤੂੰ ਹਟਦਾ ਨਹੀਂ ਆਪਣੀਆਂ ਰਖਦਾ ਤੇ ਜਦੋਂ ਫੋਨ ਕਰਦਾ ਨਸ਼ੀ ਪਾ ਦਿੰਦਾ ਕੋਈ ਨਾ ਕੋਈ ਮੈਂ ਖੋਤੇ ਤੇ ਕਿਉਂ ਜਾਣਾ ਓ ਉਹਦੀ ਕਿ ਭਜਾ ਓਏ ਮੇਰੇ ਸਾਰੀ ਬਰਾਤ ਪਿੱਛੇ ਰੇੜੀ ਤੇ ਆ ਮੈਂ ਡਰਾਈਵਰ ਆ ਮੈਂ ਖੋਤੇ ਤੇ ਕਿਉਂ ਜਾਣਾ ਓ ਮੈਨੂੰ ਇਹ ਦੱਸ ਲੈ ਮੈਂ ਮੇਰੀ ਕਿ ਭਜਾ ਮੈਂ ਖੋਤੇ ਤੇ ਕਿਉਂ ਜਾਣਾ ਟ੍ਰੈਫਿਕ ਬਹੁਤੀ ਟ੍ਰੈਫਿਕ ਆ ਕੇ ਮੈਂ ਖੋਤੇ ਤੇ ਕਿਉਂ ਜਾਣਾ ਉਹ ਖੋਤੇ ਨਾਲ ਮਿਲ ਨਹੀਂ ਕਰਨੀ ਅੱਗੇ ਜਾ ਕੇ ਮੈਂ ਖੋਤੇ ਤੇ ਕਿਉਂ ਜਾਣਾ ਓਏ ਵੇਓ ਚੱਲੇ ਆ ਮੈਂ ਖੋਤੇ ਖੋਤੇ ਤੇ ਕਿਉਂ ਜਾਣਾ ਵੇ ਖੋਤੇ ਤੇ ਜਾ ਹੁਣ ਸਾਰੀ ਬਰਾਤ ਮੈਨੂੰ ਪਹਾੜਾਂ ਤੇ ਚੱਲੀ ਆ ਖੋਤੇ ਤੇ ਕੋ ਜਾਣਾ ਇਹ ਸਾਰੀ ਬਰਾਤ ਤੇ ਜੀਜੇ ਵਾ ਤੇ ਮਿੱਟੀ ਆ ਮਿੱਟੀ ਸਟਾਉ ਚੱਲੇ ਆ ਤੁਸੀਂ ਬਸ ਖੋਤੇ ਤੇ ਜਾਣਾ ਖੋਤੇ ਤੇ ਕੋ ਜਾਣਾ ਮੈਨੂੰ ਇਹ ਦੱਸਣਾ ਮੈਂ ਕਿ ਖੋਤੇ ਦੀ ਸੈਟਾਂ ਦੇ ਉੱਤੇ ਲਸਨ ਅਤਰਕ ਪਾਇਆ ਨਾਲ ਮੈਂ ਖੋਤੇ ਤੇ ਕੋ ਜਾਣਾ ਅੰਤ ਅੱਗੇ ਐਂਟਰੀ ਸਿਰਫ ਐਨੀਮਲ ਦੀ ਆ